अस्सलाम वालेकुम दोस्तों साथियों वीरो भरावो की हाल चाल है। ठीक ठाक हो? उम्मीद करना तुम सब खैरियत नाल होगे ते अल्लाह पाक सानू सारे नू अपने हिफ्ज़ ओ ईमान च रखे। जनाब अज दी वीडियो ये जिहड़ी तुहानू विखालण वास्ते बना रहे हैं, मिशन यह है कि यह जानवरों का ढारा है। बैक साइड के सामने तुहानू नज़र आण डिया होना, ये मिट्टी दे विच तूड़ी ला के घाणी करके ते नू उत्तों लिपना है, क्योंकि अगों सर्दी का मौसम आ रहा ते कोई झड़ी झुड़ी लगे ते जानवरों वास्ते कोई मुश्किल ना बने, तो इनू जड़ा ना ढारे नू तो मिट्टी ना लिप छेड़ना। हुण तूड़ी ला के ऐ सामने मिट्टी है, मैं कही रखी है तो मिट्टी मैं काफ़ी देर की लिया के छुट्टी है, तो बारिशों की वजह तो जम गई है। तो बिस्मिल्लाहिर्रहमानिर्रहीम इनू हुण जड़ा ना पुट के लगे इहदी घाणी कर। घाणी करके तो इनू कोठे नू तो लिपना। हाँ तूड़ी ये उत्ते सुट के इन मिक्स कर लगे जनाब। तूड़ी हिसाब ना पाने ना कि जे घटेगी तो फिर पा लेंगे। इस वास्ते मिक्स करी दी है कि छत्त तों मिट्टी जिहड़ी है रुड़दी नहीं। दोस्तों उत्ते जी है मिट्टी के उत्ते तूड़ी सुट दी गई है, तो इनू हूँ मेरी कोशिश है कि जल्दी जल्दी इन मिक्स कर दा हिला दें, फिर जाके डंगर वास्ते पुठे भी लै दें। लो जी दोस्तों एक बार जारी तूड़ी हिला दी गई है, हम दूसरी बार फिर मिक्स करनी है क्योंकि अच्छी तरह तूड़ी जारी है। दोस्तों हम बच्चे चाह का वक्फा आ गया, हम चाह पी के तो फिर दूसरी बार तूड़ी मिक्स करनी है। बिस्मिल्लाहिर्रहमानिर्रहीम चलो जी दोस्तों वीरो भरावो साथियो, हूँ मैं दूसरी बारी तूड़ी हिला रही है, हूँ ये दौर बना लगे हैं, दौर बना के तो पानी पा लगे हूँ। बिस्मिल्लाह जनाब ये दौर बन दिया हूँ।
ਇਹਨੂੰ ਅਸੀਂ ਪੰਜਾਬੀ ਜ਼ਬਾਨ 'ਚ ਕਹਾਣੀ ਕਹਿੰਦੇ ਹਾਂ। ਤੂੜੀ ਲਾ ਕੇ ਅਤੇ ਜਿਹੜਾ ਮਿਕਸ ਕਰਨਾ ਮਿੱਟੀ ਨੂੰ ਵਿੱਚ, ਇਹਨੂੰ ਕਹਾਣੀ ਕਰਨੇ ਆ ਜੀ। ਧਾੜਾ ਲਿਪਣਾ, ਹੀਰੇ ਲਿਪਣੇ ਨੇ, ਧੜਾਂ ਲਿਪਣੀਆਂ ਨੇ। ਅੱਛਾ ਤੂੜੀ ਲਾ ਕੇ ਧਾਰਾ ਵੀ ਲਿਪੀ ਦਾ, ਹੀਰੇ ਵੀ ਔਰ ਧੜਾਂ ਵੀ ਤੂੜੀ ਆ ਜੀ। ਪਾਣੀ ਫਿੱਟ ਨਵੇਂ ਹੁਣ ਹੋ ਜਾਵੇ ਕਿਉਂਕਿ ਕਹਾਣੀ ਤਿਆਰ ਹੋ ਜਾਵੇ। ਅਤੇ ਦੋਸਤੋ ਇਹਦਾ ਜੀ ਪਾਣੀ ਪੂਰਾ ਕਰਕੇ ਅਤੇ ਇਹਨੂੰ ਦੋ ਵੱਟ ਦੇਣੇ ਨੇ। ਦੋ ਵੱਟ ਦੇ ਕੇ ਅਤੇ ਫਿਰ ਇਹਨੂੰ ਮਿਕਸ ਕਰਨਾ। ਫਿਰ ਦੋਸਤੋ ਇਹ ਹੁਣ ਪਾਣੀ ਪਾ ਕੇ ਮਿੱਟੀ ਚਾਰ ਫੇਰ ਉਹ ਇਕੱਠੀ ਕਰਕੇ ਵੇਚ ਸੁੱਟਣ ਡੇ ਹਾਂ ਅਤੇ ਇਹਨੂੰ ਵੱਢ ਦੇ ਕੇ ਅਤੇ ਲਾ ਦੇਣਗੇ। ਦੋਸਤੋ ਹੁਣ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਦੋਸਤੋ ਹੁਣ ਦੂਸਰਾ ਵੱਢ ਦੇਣ ਲੱਗਿਆ ਕਹਾਣੀ ਨੂੰ। ਇੱਕ ਵੱਢ 'ਚ ਤਿਆਰ ਹੋ ਗਈ ਹੈ ਲੇਕਿਨ ਦੂਸਰਾ ਵੱਢ ਦਿਆਂਗੇ ਨਾ ਹੁਣ ਅਤੇ ਇਹ ਸਹੀ ਤਰ੍ਹਾਂ ਜਿਹੜੀ ਮਿਕਸ ਹੋ ਜਾਏਗੀ, ਘੁਲ ਜਾਏਗੀ। ਅਤੇ ਹੁਣ ਦੋਸਤੋ ਪਸੀਨਾ ਕਾਫੀ ਆ ਗਿਆ, ਜ਼ੋਰ ਹੋ ਗਿਆ ਹਜੇ ਸੁਬਹਾ ਸੁਬਹਾ ਦਾ ਟਾਈਮ ਹੈ, ਮੌਸਮ ਵੀ ਮਾਸ਼ਾਅੱਲਾ ਠੰਡਾ ਲੇਕਿਨ ਪਸੀਨਾ ਬਹੁਤ ਆਇਆ। ਲੇਕਿਨ ਹੁਣ ਚਲੋ ਅੱਲਾ ਖੈਰ ਕਰਿਆ, ਦੂਸਰਾ ਵੱਢ ਇਹਨੂੰ ਦੇਣ ਲੱਗੇ ਹਾਂ। ਦੂਸਰਾ ਵੱਢ ਦੇ ਕੇ ਤਾਂ ਫਿਰ ਸਾਡੀ ਮਿੱਟੀ ਬਿਲਕੁਲ ਤਿਆਰ ਹੋਈ ਹੈ, ਸਾਡੀ ਕਹਾਣੀ ਤਿਆਰ ਹੋ ਗਈ ਹੈ। ਹੁਣ ਅਸੀਂ ਡੰਗਰਾਂ ਦਾ ਧਾਰਾ ਜਿਹੜਾ ਲਿਪ ਲੈਣਾ। ਮਾਸ਼ਾਅੱਲਾ ਵੇਖੋ ਕਿਹੜੀ ਪਿਆਰੀ ਕਹਾਣੀ ਬਣੀ। ਹੁਣ ਇਹਨੂੰ ਪੈਰਾਂ ਨਾਲੋਂ ਨਾਲ ਮਿਕਸ ਵੀ ਕਰਨਾ ਪੈਣਾ, ਤੂੜੀ ਜਿਹੜੀ ਹੈ ਸਹੀ ਵਿੱਚ ਰਲ ਰੁਲ ਜਾਏ। ਜਿਹੜੀ ਆ ਮੁਕੰਮਲ ਹੋ ਗਈ ਹੈ, ਇਹਨੂੰ ਉੱਤੋਂ ਠੱਪ ਦਿੱਤਾ ਗਿਆ। ਹੁਣ ਚੱਲੇ ਹਾਂ ਅੱਲਾ ਖੈਰ ਕਰੇ ਪੁੱਠੇ ਲੈਣ, ਅਤੇ ਪੁੱਠੇ ਲੈ ਕੇ ਆਵਾਂਗੇ ਅਤੇ ਫਿਰ ਆ ਕੇ ਅਤੇ ਮਿੱਟੀ ਉਹ ਕੋਠੇ ਸਾਹਮਣੇ 'ਤੇ ਚਾੜਾਂਗੇ ਅਤੇ ਇਹਨੂੰ ਲਿਪਾਂਗੇ। ਕਹਾਣੀ ਜਿਹੜੀ ਹੈ ਬਿਲਕੁਲ ਮੁਕੰਮਲ ਹੋ ਗਈ ਹੈ, ਬਿਲਕੁਲ ਠੀਕ ਠਾਕ ਕਹਾਣੀ ਹੋ ਗਈ ਅੱਲਾ ਖੈਰ ਕਰੇ। ਕਹਾਣੀ ਜਿਹੜੀ ਸੁਬਹਾ ਮੈਂ ਕਰਕੇ ਗਿਆ, ਹੁਣ ਪੁੱਠੇ ਲੈ ਗਿਆ ਅਤੇ ਇਹ ਮਿੱਟੀ ਜਿਹੜੀ ਆ ਉਹ ਸਾਹਮਣੇ ਸਰ 'ਤੇ ਚੜ੍ਹਨ ਲੱਗੇ ਹਾਂ ਅਤੇ ਇਹ ਹੁਣ ਧਾਰਾ ਜਿਹੜਾ ਉੱਤੇ ਲਿਪਣ ਲੱਗੇ ਹਾਂ। ਅਤੇ ਅੱਲਾ ਖੈਰ ਕਰੇ ਪਹਿਲਾਂ ਦਾਵੜਾ ਲੱਗਿਆ ਚੁੱਕਣ ਦੇ ਕੰਮ ਸ਼ੁਰੂ ਕਰਨ ਲੱਗੇ ਹਾਂ। ਬਿਸਮਿਲ੍ਲਾ ਹੀ ਰਹਿਮਾਨ ਰਹੀਮ। ਦੋਸਤੋ ਹੁਣ ਮਿੱਟੀ ਜਿਹੜੀ ਹੈ ਕਹਾਣੀ ਬਣਾਈ ਹੈ ਸਵੇਰ ਦੀ, ਇਹ ਹੁਣ ਦਵੜਿਆਂ ਨੇ ਪਵਾ ਪਵਾ ਕੇ ਅਤੇ ਖੜਨ ਦੇ ਗਿਆ। ਲਪਾਈ ਜਿਹੜੀ ਲਗਾਤਾਰ ਹੋਣ ਡਈ ਅੱਲਾ ਖੈਰ ਕਰੇ, ਅਤੇ ਲਿਪਿਆ ਜਾਏਗਾ ਅਤੇ ਇਹ ਕਿ ਡੰਗਰਾਂ ਦੀ ਸੇਫਟੀ ਹੋ ਜਾਏਗੀ, ਕਿਤੇ ਮੀਂਹ ਬਾਰਿਸ਼ ਆਏਗਾ ਅਤੇ ਛੱਤ ਜਿਹੜੀ ਉਹ ਪਏਗੀ ਨਾ ਮਜ਼ਬੂਤੀ ਹੋ ਜਾਏਗੀ। ਜਨਾਬ ਛੱਤ ਦੇ ਉੱਤੇ ਪੁਰਾਣੀ ਮਿੱਟੀ
ਕੱਖ ਵਿੱਚ ਗੇ ਰਹਿਣ ਅਤੇ ਸਾਰੀ ਮੈਂ ਖੋਤਰ ਕੇ ਲਿਆ ਕੇ ਥੱਲੇ ਸੁੱਟੀ ਹੈ ਅਤੇ ਉੱਤੋਂ ਛੱਤ ਦੀ ਸਫਾਈ ਕਰ ਛੱਡੀ ਹੈ ਤਾਂ ਕਿ ਮਿੱਟੀ ਜਿਹੜੀ ਆਸਾਨੀ ਨਾਲ ਲੱਗ ਜਾਵੇ। ਕਹਾਣੀ ਸਵੇਰ ਦੀ ਬਣਾਈ ਸੀ ਕਹਾਣੀ ਅਤੇ ਇਸ ਤਰ੍ਹਾਂ ਮਿੱਟੀ ਖੋਏ ਤਰ੍ਹਾਂ ਘੁਲ ਮਿਲ ਗਈ ਹੈ ਅਤੇ ਇਹ ਹੁਣ ਚੁੱਕ ਚੁੱਕ ਕੇ ਦਿੱਤੇ ਖੜਨੀ ਹੈ ਉੱਤੇ ਬਰਾਂਡੇ 'ਤੇ ਲਾਉਣੀ ਹੈ ਮਿੱਟੀ ਤਕਰੀਬਨ ਅਤੇ ਆ ਜਨਾਬ ਹੁਣ ਬਰਾਂਡੇ ਦੀ ਜਿਹੜੀ ਹੈ ਨਾ ਉਹ ਲਪਾਈ ਉੱਤੋਂ ਕਰ ਦਿੱਤੀ ਗਈ ਹੈ ਸਾਰੀ ਲਪਾਈ ਕਰ ਛੱਡੀ ਲੇ ਬਰਾਂਡਾ ਜਿਹੜਾ ਉਹ ਲਿਪਿਆ ਗਿਆ ਹੁਣ ਅਗਰ ਵੀਡੀਓ ਅੱਛੀ ਲੱਗੇ ਚੈਨਲ ਨੂੰ ਸ਼ੇਅਰ ਲਾਈਕ ਔਰ ਸਬਸਕ੍ਰਾਈਬ ਕਰ ਦਿਆ ਕਰੋ ਬਹੁਤ ਬਹੁਤ ਮਿਹਰਬਾਨੀ ਫਿਰ ਕਿਤੇ ਮਿਲਾਂਗੇ ਅਗਲੀ ਨਵੀਂ ਵੀਡੀਓ ਦੇ ਸਾਥ ਅੱਲਾ ਹਾਫਿਜ਼।